एक मिनट आ ही गया फोन, मैं कर दा गल। हाँ जी वीर जी। हाँ जी, हाँ जी, खालसा जी। खालसा फतेह जी। खालसा वाहगुरु जी की फतेह। होर सुनाओ वीर जी, ठीक ठाक आ? हाँ जी, हाँ जी, बहुत वधिया जी, बहुत वधिया। वीर जी मैं दीप सिंह खालसा गल करदा जी। हाँ जी, हाँ जी, मेरे को नंबर सेव है जी तुहाडा। ਤੁਸੀਂ ਸਤਿੰਦਰ ਗਿੱਲ ਪੰਜਾਬ ਪੁਲਿਸ ਵਾਲੇ ਗੱਲ ਕਰਦੇ ਜੀ? ਹਾਂਜੀ ਹਾਂਜੀ ਹਾਂਜੀ। ਵੀਰ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੰਗਣਾ ਰਣੌਤ ਆ ਉਹਦੇ ਹੱਕ ਵਿੱਚ ਪੋਸਟ ਪਾਈ ਆ, ਤੁਸੀਂ ਕਿਹੜੇ ਬੇਸ ਦੇ ਉੱਤੇ ਵੀਡੀਓ ਪੋਸਟ ਪਾਈ ਹੋ ਭਲਾ? ਨਹੀਂ ਕਿਹੜੇ ਬੇਸ ਤੇ ਬਾਈ ਜੀ, ਔਰਤ ਆ ਯਾਰ, ਉਹਨੂੰ ਨਾ ਲੋਕ ਭੰਡ ਰਹੇ ਸੀ ਜ਼ਿਆਦਾ। ਅੱਛਾ ਅੱਛਾ, ਹਾਂ ਮੈਂ ਸਿਰਫ ਇਸ ਕਰਕੇ ਭਾਈ, ਹੋਰ ਮੇਰੀ ਕੋਈ ਮਨਸਾ ਨਹੀਂ ਆ। ਨਹੀਂ ਨਹੀਂ ਮੈਨੂੰ ਇਹ ਗੱਲ ਦੱਸੋ, ਨਹੀਂ ਮੇਰੀ ਇੱਕ ਗੱਲ ਇਹ ਦੱਸੋ, ਤੁਸੀਂ ਸਿੱਖਾਂ ਦੇ ਵਿੱਚੋਂ ਜੇ ਕਿ ਹਿੰਦੂਆਂ ਜੇ ਕਿ ਜਾਂ ਮੁਸਲਮਾਨਾਂ ਦੇ ਵਿੱਚੋਂ, ਮੈਨੂੰ ਇਹ ਦੱਸੋ ਪਹਿਲਾਂ। ਸਿੱਖਾਂ ਦੇ ਵਿੱਚੋਂ ਜੀ। ਸਿੱਖਾਂ ਦੇ ਵਿੱਚੋਂ ਤੁਸੀਂ? ਹਾਂਜੀ। ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਆਪਾਂ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਦਿੱਲੀ ਗਏ ਸੀ ਨਾ, ਹਾਂਜੀ, ਉਦੋਂ ਤੁਸੀਂ ਕਿੱਥੇ ਸੀ ਭਲਾ ਜੀ? ਨਹੀਂ ਇੱਥੇ ਹਾਂ ਕਿੱਥੇ? ਨਹੀਂ ਨਹੀਂ ਉਦੋਂ ਤੁਸੀਂ ਮਤਲਬ ਕਿੱਥੇ ਗਏ ਸੀ, ਮਤਲਬ ਜਦੋਂ ਆਪਾਂ ਦਿੱਲੀ ਉੱਥੇ ਕਿਸਾਨੀ ਮੋਰਚਾ ਲੱਗਾ ਸੀ ਆਪਣਾ, ਉਦੋਂ ਤੁਸੀਂ ਕਿੱਥੇ ਗਏ ਸੀ ਵੀ, ਮਤਲਬ ਪੰਜਾਬ ਦੇ ਵਿੱਚ ਹੀ ਕਿ ਜਾਂ ਅਮਰੀਕਾ ਕੈਨੇਡਾ ਕਿਤੇ ਘੁੰਮਣ ਘੁੰਮਣ ਗਏ ਸੀ? ਨਹੀਂ ਪੰਜਾਬ ਦੇ ਵਿੱਚ ਹੀ ਹੈ ਜੀ। ਅੱਛਾ ਅੱਛਾ, ਔਨ ਡਿਊਟੀ ਪੰਜਾਬ ਪੁਲਿਸ? ਹਾਂਜੀ ਹਾਂਜੀ। ਅੱਛਾ ਅੱਛਾ, ਹੁਣ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਨੂੰ ਇਹ ਮੈਂ ਪੁੱਛਣਾ ਚਾਹੁੰਦਾ ਹਾਂ, ਜਿਹੜੀ ਕੰਗਣਾ ਰਣੌਤ ਆ ਉਹ ਇੱਕ ਐਕਟਰ ਆ, ਤੁਸੀਂ ਉਹਨੂੰ ਆਪਣੀ ਭੈਣ ਮੰਨ ਰਹੇ ਹੋ ਵੀ ਸਾਡੀ ਸਿਸਟਰ ਭੈਣ ਆ, ਤੇ ਉਹ ਸਿੱਖਾਂ ਨੂੰ ਅੱਤਵਾਦੀ ਦੱਸ ਰਹੀ ਆ, ਸਿੱਖਾਂ ਨੂੰ ਮਾੜਾ ਚੰਗਾ ਬੋਲਦੀ ਆ, ਸਿੱਖਾਂ ਦੀਆਂ ਬੀਬੀਆਂ ਜਿਹੜੀਆਂ ਭੈਣਾਂ ਜਿਹੜੀਆਂ ਬਜ਼ੁਰਗ ਆਪਣੀਆਂ ਬੇਬੇ ਜਾਂਦੀਆਂ ਉੱਥੇ ਦਿੱਲੀ ਗਈਆਂ ਸੀ, ਉਹਨਾਂ ਨੂੰ ਗੰਦੇ ਗੰਦੇ ਸ਼ਬਦ ਬੋਲਦੀ ਰਹੀ, ਉਦੋਂ ਤੁਸੀਂ ਕਿੱਥੇ ਗਏ ਸੀ ਵੀਰ ਜੀ? ਜਦੋਂ ਧਰਨਾ ਲੱਗਾ ਵਾ ਉਦੋਂ ਸਾਰੇ ਇੱਕ ਦੂਸਰੇ ਦੇ ਖਿਲਾਫ ਅਨਾਪ ਸ਼ਨਾਪ ਬੋਲ ਰਹੇ ਸੀ। ਨਹੀਂ ਵੇਖੋ ਤੁਸੀਂ ਮੇਰੀ ਗੱਲ ਸੁਣੋ, ਬੇਸ਼ੱਕ ਸਾਡੇ ਕੋਈ ਅਨਾਪ ਸ਼ਨਾਫ ਬੋਲੇ ਜੋ ਕੋਈ ਖਿਲਾਫ ਬੋਲੇ ਕੋਈ ਵੀ ਬੋਲੇ, ਆਪਾਂ ਲੋਕਾਂ ਨੂੰ ਏਦਾਂ ਵੀਡੀਓ ਪਾ ਕੇ ਕੀ ਸੇਧ ਦੇਣਾ ਚਾਹੁੰਦੇ ਹਾਂ ਵੀ ਉਹ ਕੁੜੀ ਬੜੀ ਚੰਗੀ ਜੇ, ਉਹ ਨੀ ਆਪਾਂ, ਉਹ ਇੱਕ ਐਕਟਰ ਆ, ਬੜੀ ਕਮਾਈ ਕਰਨ ਡਈ ਆ, ਬੜੀ ਵਧੀਆ ਕੰਮ ਕਰਨ ਡਈ ਆ। ਕੁੜੀ ਬਾਬਾ ਜੀ ਦੇਖੋ ਚੰਗੀ ਹੋਵੇ ਮਾੜੀ ਹੋਵੇ, ਹਾਂ ਹਾਂ, ਹਨਾ, ਇਹਦੇ ਨਾਲ ਤੇ ਹੁਣ ਆਪਾਂ ਨੂੰ ਕੋਈ ਨੀ ਆ। ਅੱਛਾ ਠੀਕ ਹੈ ਨਾ, ਹਾਂ, ਸਾਰੀ ਦੁਨੀਆ ਹੀ ਜਿਹੜਾ ਹੁਣ ਤੁਸੀਂ ਸੋਸ਼ਲ ਮੀਡੀਆ ਵੇਖੋ, ਸਾਰੀ ਦੁਨੀਆ ਹੀ ਉਹਦੀਆਂ ਫੋਟੋਆਂ ਲਾ ਲਾ ਕੇ ਅੱਛਾ ਤੇ ਉਹਨੂੰ ਕਰਨ ਡਈ ਹੈ ਨਾ। ਅੱਛਾ, ਨਹੀਂ ਮੇਰੀ ਗੱਲ ਸੁਣੋ, ਜਿਹੜਾ ਸ਼ੁਭ ਸ਼ੁਭ ਜਿਹਨੇ ਗਾਣਾ ਗਾਇਆ ਆ, ਜਿਹਨੇ ਗਾਣਾ ਗਾਇਆ ਸ਼ੁਭ ਨੇ, ਤੇ ਉਹਨੇ ਕੀ ਕਹਿਤਾ, ਅਸੀਂ ਤੇ ਸ਼ੁਭ ਵਰਗੋ ਰੋਜ਼ ਬੋਲਦੇ ਆ, ਅਸੀਂ ਤੇ ਸ਼ੁਭ ਵਰਗੋ ਰੋਜ਼ ਬੋਲਦੇ ਆ। ਵੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਆ, ਜਿੱਦਾਂ ਆਪਾਂ ਤੁਸੀਂ ਇਸ ਵੇਲੇ ਬੜੀ ਸੋਹਣੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਡਏ ਹੋ, ਤੇ ਮੈਂ ਦੱਸਣਾ ਚਾਹੁੰਦਾ ਆ ਕਿ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਕਰੋ, ਤੁਸੀਂ ਸੋਸ਼ਲ ਮੀਡੀਆ ਤੋਂ ਹਟ ਕੇ ਵੀਰ ਜੀ ਥੋੜਾ ਜਿਹਾ ਆਪਣਾ ਪੈਰਾ ਨਿਭਾਓ, ਸੋਸ਼ਲ ਮੀਡੀਆ ਦੇ ਪੈਰੇ ਦੇ ਵਿੱਚ ਤੁਸੀਂ ਜਿਹੜਾ ਆਉਂਦੇ ਆ ਨਾ, ਤੁਹਾਡੀ ਨੌਕਰੀ ਨੂੰ ਵੀ ਥੋੜਾ ਬੜਾ ਖਤਰਾ ਆ। ਨਹੀਂ ਬਾਬਾ ਜੀ ਆਪਾਂ ਕੋਈ ਗਲਤ ਚੀਜ਼ ਨਹੀਂ ਪਾ ਰਹੇ, ਆਪਾਂ ਤੇ ਔਰਤ ਦੇ ਹੱਕ ਜੀ ਭਾਈ, ਔਰਤ ਹੁਣ ਕੋਈ ਵੀ ਕਿਸੇ ਨੂੰ ਵੀ, ਆਪਾਂ ਨੇ ਇਹ ਕਿਹਾ ਵੀ ਕਿਸੇ ਨੂੰ ਵੀ ਭਾਈ ਬਦਨਾਮ ਨਾ ਕਰੋ ਯਾਰ, ਧੀਆਂ ਭੈਣਾਂ ਸਭੀਆਂ ਸਾਂਝੀਆਂ। ਅੱਛਾ, ਧੀਆਂ ਭੈਣਾਂ ਸਾਂਝੀਆਂ, ਤੇ ਜੇ ਧੀਆਂ ਭੈਣਾਂ ਅੱਧ ਨੰਗੜੇ ਕੱਪੜੇ ਦੋ ਤਰ੍ਹਾਂ ਦੇ ਪਾ ਕੇ ਇੱਕ ਆਪਣੀ ਭੈਣ ਕਹਿ ਸਕਦੇ ਆ, ਬਾਬਾ ਜੀ ਉਹਨਾਂ ਦਾ ਕਾਰੋਬਾਰ ਉਹਨਾਂ ਦਾ ਕੰਮ ਆ ਉਹ, ਤੇ ਫੇਰ ਉਹਨਾਂ ਨੂੰ ਉਹਨਾਂ ਦਾ ਕਾਰੋਬਾਰ ਕਰਨ ਦੋ ਨਾ, ਆਪਾਂ ਸਿੱਖ ਆ ਤਾਂ ਸਿੱਖਾਂ ਵਾਲਾ ਕਾਰੋਬਾਰ ਆਪਾਂ ਕਰੀਏ ਨਾ, ਆਪਾਂ ਆਪਣੇ ਬੰਦਿਆਂ ਦੀ ਹਮਾਇਤ ਕਰਨੀ ਆ ਕਿ ਆਪਾਂ ਆਪਣੇ ਬੰਦਿਆਂ ਦੇ ਖਿਲਾਫ ਚੱਲਣਾ ਆ? ਕਈ ਪੰਜਾਬਣਾਂ ਵਾ ਆਪਣੀਆਂ ਵਾ, ਕਿੰਨੀਆਂ ਐਕਟਰਸ ਆਪਣੀਆਂ ਪੰਜਾਬਣਾਂ, ਸਰਗੁਣ ਮਹਿਤਾ, ਨੀਰੂ ਬਾਜਵਾ, ਉਹ ਵੀ ਪਹਿਨਦੀਆਂ ਵਾ ਜਦੋਂ ਕਿਰਦਾਰ ਆਪਣੇ ਜਿਹੜਾ ਉਹਨਾਂ ਨੇ ਕਰੈਕਟਰ ਨਿਭਾਉਣਾ, ਕਿਰਦਾਰ ਨਿਭਾਉਣਾ, ਉਹਦੇ ਹਿਸਾਬ ਨਾਲ ਤੇ ਉਹਨਾਂ ਨੂੰ ਕਰਨਾ ਪੈਂਦਾ। ਅੱਛਾ ਅੱਛਾ, ਤੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਉਹ ਬੀਬੀਆਂ ਸਿੱਖ ਬੀਬੀਆਂ ਨੂੰ ਜਿੱਦਾਂ ਗਾਣਾ ਕੱਢਦੀ ਸੀ ਸਿੱਖਾਂ ਦੇ ਉੱਤੇ ਗਲਤ ਮਲਤ ਬੋਲ ਕੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਤੁਸੀਂ ਕਿਹੜੀ ਅੱਖ ਦੇ ਨਾਲ ਵੇਖਣੇ, ਮੈਨੂੰ ਇਹ ਦੱਸਿਓ ਪਹਿਲਾਂ, ਮੈਨੂੰ ਹੁਣ ਦੱਸੋ। ਜਦ ਨਹੀਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਕਿਹੜੀ, ਨਹੀਂ ਇੱਕ ਮਿੰਟ ਗੱਲ ਸੁਣੇ ਵੀਰ ਜੀ, ਗੱਲ ਸੁਣ, ਆਪਾਂ ਲੜਨਾ ਨੀਗਾ, ਆਪਾਂ ਗੱਲ ਕਰਨ ਡੇ, ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਤੁਸੀਂ ਕਿਹੜੀ ਅੱਖ ਦੇ ਨਾਲ ਦੇਖਦੇ ਹੋ, ਅੱਤਵਾਦੀ ਦੇਖਦੇ ਹੋ ਕਿ ਮਹਾਂਪੁਰਸ਼ ਦੇਖਦੇ ਹੋ, ਮੈਨੂੰ ਇੱਕ ਜਵਾਬ ਗੱਲ ਦਾ ਜਵਾਬ ਦਿਓ ਭਾਈ। ਅਸੀਂ ਹੈਗੇ ਆ ਸਰਕਾਰੀ ਬੰਦੇ ਮੁਲਾਜ਼ਮ। ਹਾਂ 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 ਹਾਂ, ਅੱਛਾ, ਹਾਂਜੀ ਹਾਂਜੀ, ਇਹ ਇਸ ਕਰਕੇ ਇਹ ਚੀਜ਼ ਜਿਹੜੀ ਆ ਇਹ ਫੋਨ ਤੇ ਨਹੀਂ ਦੱਸੀ ਜਾ ਸਕਦੀ। ਨਹੀਂ ਫਿਰ ਵੀ ਤੁਸੀਂ ਫੋਨ ਤੇ ਮੈਂ ਕਿਹੜੀ ਤੁਹਾਡੀ ਰਿਕਾਰਡਿੰਗ ਕਰਨ ਡਿਆ, ਤੁਸੀਂ ਫਿਰ ਵੀ ਮੈਨੂੰ ਦੱਸ ਸਕਦੇ ਹੋ? ਨਹੀਂ ਨਹੀਂ ਜੀ, ਨਹੀਂ
ਨਹੀਂ ਨਹੀਂ ਦੱਸਾਂ ਤੇ ਨਹੀਂ ਸੰਤ ਜੀ ਵੇਖੋ ਨਹੀਂ ਨਹੀਂ ਇਨਸਾਨ ਵਧੀਆ ਓਹੋ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਪੰਜਾਬ ਪੁਲਿਸ ਦਾ ਅਫਸਰ ਮੈਂ ਤੁਹਾਨੂੰ ਦਿਖਾ ਸਕਦਾ ਉਹਨੇ ਆਪਣੇ ਘਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਲਾਈ ਆ ਤੇ ਆਪਣੇ ਘਰ ਦੇ ਵਿੱਚ ਤੇ ਉਹਨਾਂ ਨੂੰ ਮਹਾਂਪੁਰਖ ਮੰਨਦੇ ਨੇ ਤੁਸੀਂ ਕਿਉਂ ਨਹੀਂ ਮੰਨਦੇ ਮਹਾਂਪੁਰਖ ਲੈ ਯਾਰ ਬਾਬਾ ਜੀ ਇਹ ਵੀਰ ਜੀ ਇਹ ਗੱਲਾਂ ਨੀ ਹੁੰਦੀਆਂ ਸੱਚ ਨੂੰ ਸੱਚ ਕਹਿਣ ਦੀ ਨਹੀਂ ਨਹੀਂ ਸੱਚ ਨੂੰ ਸੱਚ ਕਹਿਣ ਦੀ ਗੱਲ ਰੱਖੋ ਝੂਠ ਨੂੰ ਝੂਠ ਕਹਿਣ ਦੀ ਗੱਲ ਰੱਖੋ ਮੈਂ ਕਿਹਾ ਜੀ ਜੇ ਔਨ ਡਿਊਟੀ ਹੋਵੇ ਉਹਨੇ ਲਾਈ ਹੋਵੇ ਅੱਛਾ ਹਾਂ ਫਿਰ ਤੁਸੀਂ ਮੈਨੂੰ ਦਿਖਾ ਦੋ ਨਹੀਂ ਔਨ ਡਿਊਟੀ ਜੇ ਮੈਂ ਕਹਾਂ ਤੁਹਾਨੂੰ ਮੈਂ ਗੱਲ ਵੀ ਕਰਵਾ ਸਕਦਾ ਔਨ ਡਿਊਟੀ ਤੇ ਲਾਈ ਸੀ ਉਹਨੇ ਫੋਟੋ ਔਨ ਡਿਊਟੀ ਤੇ ਲਾਈ ਹੁਣ ਉਹ ਰਿਟਾਇਰ ਆ ਘਰ ਹੁਣ ਆਹੋ ਹੁਣ ਉਹੀ ਕਹਿ ਰਿਹਾ ਨਾ ਹੁਣ ਰਿਟਾਇਰ ਹੋਊਗਾ ਹਾਂ ਹੁਣ ਰਿਟਾਇਰ ਹੋਊਗਾ ਰਿਟਾਇਰ ਹੋ ਕੇ ਲਾ ਲੇ ਹੁਣ ਮੇਰਾ ਵੀ ਹੋ ਸਕਦਾ ਮਨ ਸੰਤ ਜੀ ਹੋਣਾ ਵੱਲ ਹੋਵੇ ਪਰ ਮੈਂ ਔਨ ਡਿਊਟੀ ਉਹ ਗੱਲਾਂ ਨਹੀਂ ਕਰ ਸਕਦਾ ਨਹੀਂ ਹੁਣ ਮੈਨੂੰ ਇੱਕ ਗੱਲ ਦੱਸੋ ਜੇ ਆਪਣੀ ਸਿੱਖ ਬੀਬੀ ਨੂੰ ਕੰਗਣਾ ਰਣੌਤ ਗੰਦੇ ਗੰਦੇ ਸ਼ਬਦ ਬੋਲੇ ਤਾਂ ਫੇਰ ਉਹਨੂੰ ਕਵਾਂਗੇ ਵੀ ਇਹ ਬੜੀ ਚੰਗੀ ਆ ਜੀ ਧੀ ਭੈਣ ਆ ਜੀ ਇਹਨੂੰ ਏਦਾਂ ਨਹੀਂ ਬੋਲਣਾ ਚਾਹੀਦਾ ਇਹ ਚੰਗੀ ਆ ਜੀ ਚੰਗੀ ਗੱਲ ਆ ਆੜੀ ਬਾਬਾ ਜੀ ਦੇਖੋ ਬੋਲਣਾ ਜਿਹੜਾ ਗਲਤ ਬੋਲਣਾ ਤੇ ਮਾੜਾ ਹੀ ਆ ਚੰਗੀ ਗੱਲ ਨਹੀਂ ਜਿਹੜੀ ਤੂੰ ਕਰਨ ਡਈ ਆ ਤੁਸੀਂ ਇੰਨੀ ਗੱਲ ਕਹੀ ਪਹਿਲਾਂ ਕੰਗਣਾ ਨੂੰ ਸਮਝਾਉਣਾ ਚਾਹੀਦਾ ਹੈ ਆਪਣੇ ਸਿੱਖ ਬੀਬੀਆਂ ਨੂੰ ਸਿੱਖਾਂ ਨੂੰ ਕਹਿਣ ਦੀ ਬਜਾਏ ਕੰਗਣਾ ਨੂੰ ਕਹਿਣਾ ਸ਼ੁਭ ਨੂੰ ਕਹਿਣ ਦੀ ਬਜਾਏ ਕੰਗਣਾ ਨੂੰ ਕਹਿਣਾ ਸੀ ਹੈਲੋ ਨਹੀਂ ਤੁਸੀਂ ਜਵਾਬ ਦਿਓ ਨਾ ਮੈਨੂੰ ਮੈਂ ਤੁਹਾਡੇ ਕੋਲ ਦੋ ਸਵਾ ਪਹਿਲਾਂ ਮੈਂ ਫੋਨ ਤੁਹਾਨੂੰ ਲਾਇਆ ਤੁਸੀਂ ਕਿਹਾ ਮੈਂ ਗੱਡੀ ਚਲਾਉਣ ਡਿਆ ਆ ਤੇ ਮੇਰਾ ਅਜੇ ਟਾਈਮ ਨੀ ਗਾ ਤੇ ਹੁਣ ਮੈਂ ਤੁਹਾਨੂੰ ਇਹ ਪੁੱਛਣ ਡਿਆ ਵੀ ਤੁਸੀਂ ਮੈਨੂੰ ਇਹ ਦੱਸੋ ਕਿ ਸੰਤ ਜਰਨੈਲ ਸਿੰਘ ਜੀ ਨੂੰ ਤੁਸੀਂ ਕਿਹੜੀ ਅੱਖ ਨਾਲ ਦੇਖਦੇ ਹੋ ਮੈਂ ਤੁਹਾਨੂੰ ਦੱਸਦਾ ਮੈਂ ਤੇ ਮਹਾਂਪੁਰਸ਼ ਦੀ ਅੱਖ ਨਾਲ ਦੇਖਦਾ ਉਹਨਾਂ ਨੂੰ ਨਹੀਂ ਨਹੀਂ ਪੱਕਾ ਡੈਫੀਨੇਟ ਕਹੋ ਸਾਨੂੰ ਪੱਕਾ ਕਹੋ ਨਾ ਤੁਸੀਂ ਵੀ ਕਿਹੜੀ ਅੱਖ ਨਾਲ ਦੇਖਣ ਡਏ ਹੋ ਵਰਦੀ ਦੇ ਵਿੱਚ ਰਹਿ ਕੇ ਆਪਾਂ ਕਵਾਂਗੇ ਵੀ ਨਹੀਂ ਇਹ ਗੱਲ ਨੀ ਹੋ ਸਕਦੀ ਇਹ ਏਦਾਂ ਨੀ ਹੋਣੀ ਗੱਲ ਵਰਦੀ ਵਿੱਚ ਰਹਿ ਕੇ ਵੀ ਤੁਹਾਨੂੰ ਸੱਚ ਬੋਲਣਾ ਪੈਣਾ ਤੁਸੀਂ ਸੱਚ ਨੂੰ ਬੋਲਣ ਵਾਸਤੇ ਤੁਸੀਂ ਇਹ ਸੇਵਾ ਕਰਨ ਡਏ ਹੋ ਤੁਸੀਂ ਜਦੋਂ ਵੀ ਭਰਤੀ ਹੋਏ ਹੋਵੋਗੇ ਤੁਸੀਂ ਕਿਸੇ ਨਾ ਕਿਸੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਰਦੀ ਪਾਈ ਹੋਊਗੀ ਬਿਲਕੁਲ ਜੀ ਬਿਲਕੁਲ ਤਾਂ ਫਿਰ ਕਿਹੜਾ ਤੁਹਾਨੂੰ ਰੋਕਦਾ ਦੱਸੋ ਫਿਰ ਕੌਣ ਰੋਕਦਾ ਤੁਹਾਨੂੰ ਦੱਸੋ ਕੋਈ ਨਹੀਂ ਰੋਕਦਾ ਜੀ ਤਾਂ ਫਿਰ ਕੰਗਣਾ ਤੁਸੀਂ ਮੈਨੂੰ ਅੱਜ ਦੱਸੋ ਵੀ ਕੰਗਣਾ ਜਿਹੜੀ ਆ ਉਹ ਸਹੀ ਕਹਿਣ ਡਈ ਸੀ ਭਲਾ ਨਹੀਂ ਕੰਗਣਾ ਵੀ ਬਾਬਾ ਜੀ ਗਲਤ ਕਹਿ ਰਹੀ ਆ ਨਹੀਂ ਤਾਂ ਫਿਰ ਤੁਸੀਂ ਇਹ ਵੀਡੀਓ ਕਾਰੇ ਵਾਸਤੇ ਪਾਈ ਜੀ ਸਾਨੂੰ ਤਾਂ ਅਸੀਂ ਤਾਂ ਤੁਹਾਡੀਆਂ ਵੀਡੀਓ ਵੇਖਦੇ ਵੀ ਚਲੋ ਠੀਕ ਆ ਮੁੰਡਾ ਪੰਜਾਬ ਪੁਲਿਸ ਚ ਰਹਿ ਕੇ ਵੀ ਚਲੋ ਹੱਕ ਦੀ ਗੱਲ ਤੁਹਾਡੀਆਂ ਬਾਬਾ ਜੀ ਕੋਈ ਭਾਵਨਾ ਨੂੰ ਠੇਸ ਲੱਗੀ ਆ ਮੈਂ ਮਾਫੀ ਚਾਹੁੰਦਾ ਪਰ ਮੇਰੀ ਮਨਸਾ ਕੋਈ ਗਲਤ ਨਹੀਂ ਆ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨੀ ਗੱਲ ਕਹੀ ਆ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਹੁਣ ਮੈਨੂੰ ਇਹਦੀ ਪੰਕਤੀ ਜਿਹੜੀ ਮਹਾਰਾਜ ਜੀ ਤੋ ਗਿਆ ਨਾ ਇਹਦਾ ਮੈਨੂੰ ਉੱਤਰ ਕੱਢ ਕੇ ਦਿਓ ਭਲਾ ਉੱਤਰ ਕੀ ਇਹਦਾ ਨਹੀਂ ਆਉਂਦਾ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਉੱਤਰ ਇਹਦਾ ਕੀ ਆ ਜਿਹੜੀ ਕਿਸੇ ਮਹਾਨ ਯੋਧੇ ਨੂੰ ਜਨਮ ਦਿੰਦੀ ਆ ਅੱਛਾ ਠੀਕ ਆ ਗੱਲ ਤੁਹਾਡੀ ਹੋਰ ਅੱਗੇ ਦੱਸੋ ਬਸ ਮੈਨੂੰ ਇੰਨਾ ਹੀ ਪਤਾ ਜੀ ਗਾੜੀ ਗੱਲ ਹੁਣ ਮੈਂ ਇਹ ਤੁਹਾਨੂੰ ਦੱਸਦਾ ਵੀ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਨਾ ਕਈ ਬੱਚੇ ਦਾ ਟੈਸਟ ਕਰਾਉਂਦੇ ਆ ਵੀ ਵਿੱਚ ਮੁੰਡਾ ਆ ਕੇ ਕੁੜੀ ਆ ਗਰਭ ਦੇ ਵਿੱਚ ਆ ਉਹ ਉੱਥੇ ਪੰਗਤੀ ਜ਼ਿਆਦਾ ਢੁਕਦੀ ਆ ਮਹਾਰਾਜ ਦੀ ਇਹ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਉਹਨੂੰ ਮੰਦਾ ਚੰਗਾ ਆਪਾਂ ਨਹੀਂ ਕਹਿ ਸਕਦੇ ਜਿਹੜੀ ਮਹਾਰਾਜ ਦੀ ਦਿੱਤੀ ਹੋਈ ਦਾਤ ਆ ਉਹ ਸਾਨੂੰ ਸਵੀਕਾਰ ਕਰਨੀ ਚਾਹੀਦੀ ਆ ਪ੍ਰੇਮ ਸਹਿਤ ਇਹ ਮੈਨੂੰ ਦੱਸੋ ਵੀ ਅੱਧ ਨੰਗੇ ਕੱਪੜੇ ਪਾ ਕੇ ਤੇ ਅੱਧ ਨੰਗਾ ਕੱਪੜਾ ਸਰੀਰ ਤੋਂ ਨੰਗੀ ਹੋ ਕੇ ਕਿਸਮ ਦੀ ਦੋ ਕੱਪੜੇ ਪਾ ਕੇ ਤੇ ਇਹਨੂੰ ਅਸੀਂ ਕਹਿਣਾਗੇ ਵੀ ਇਹ ਬੜੀ ਚੰਗੀ ਆ ਤਾਂ ਤੁਸੀਂ ਇੱਥੇ ਪੰਗਤੀ ਲਾ ਦਿੱਤੀ ਜੇ ਅਸੀਂ ਕਹੀਏ ਵੀ ਤੁਹਾਡੇ ਤੇ 295 ਦਾ ਪਰਚਾ ਕਰਵਾਈਏ ਤਾਂ ਫਿਰ ਠੀਕ ਆ ਨਹੀਂ ਨਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਇਕੱਲਾ ਮੇਰੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਇਆ
ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਠੇਸ ਪਹੁੰਚਾਇਆ। ਮੇਰੇ ਨਾਲ ਸਲਾਹ ਚੱਲਣ ਡਈ ਆ ਵੀ ਅਸੀਂ ਸਤਿੰਦਰ ਗਿੱਲ ਪੰਜਾਬ ਪੁਲਿਸ ਦੇ ਉੱਤੇ ਪਰਚਾ ਕਰਾਉਣ ਨੂੰ ਫਿਰਨ ਡਏ ਆ, ਸਲਾਹ ਹੋਣ ਡਈ ਆ। ਤੇ ਤੁਸੀਂ ਦੱਸੋ ਵੀ ਜੇ ਤਾਂ ਤੁਸੀਂ ਇਹ ਗੱਲ ਕਹੀ ਆ, ਜੇ ਤਾਂ ਤੁਸੀਂ ਵੀਡੀਓ ਪਾ ਕੇ ਆਪਣਾ ਮਾਫੀਨਾਮਾ ਵੀਡੀਓ 'ਚ ਕਹਿ ਦਿੰਦੇ ਫਿਰ ਨਹੀਂ ਕੋਈ ਗੱਲ, ਨਹੀਂ ਤਾਂ ਪਰਚੇ ਦੇ ਵਾਸਤੇ ਫਿਰ ਸਾਰੀ ਸੰਗਤ ਇਕੱਠੀ ਹੋਣ ਡਈ ਆ, ਦੱਸੋ ਕਿੱਦਾਂ ਕਰਨਾ। ਕੋਈ ਗੱਲ ਨਹੀਂ ਜੀ, ਜੇ ਠੇਸ ਲੱਗੀ ਆ ਤੇ ਮੈਂ ਜ਼ਰੂਰ ਮਾਫੀ ਦੀ ਵੀਡੀਓ ਪਾ ਦਿੰਦਾ ਜੀ। ਤੁਸੀਂ ਸਿੱਖ ਪੰਥ ਦੇ ਕੋਲੋਂ ਮਾਫੀ ਮੰਗਣੀ ਆ, ਸਾਡੇ ਕੋਲੋਂ ਨਹੀਂ। ਅਸੀਂ ਕੌਣ ਹੁੰਦੇ ਆ, ਅਸੀਂ ਤਾਂ ਦੁੱਕੀ ਬੰਦੇ ਆ, ਅਸੀਂ ਤਾਂ ਮਿੱਟੀ ਆ, ਮਹਾਰਾਜੇ ਗਾੜੀ ਮਹਾਰਾਜੇ ਗਾੜੀ ਅਸੀਂ ਮਿੱਟੀ ਆ। ਬਿਲਕੁਲ ਜੀ ਬਿਲਕੁਲ, ਸਾਰੇ ਮਿੱਟੀ ਆ ਜੀ। ਹਾਂ, ਤੁਸੀਂ ਇੰਨੀ ਗੱਲ ਕਹਿਤੀ ਆ ਕੰਗਣਾ ਰਣੌਤ ਨੂੰ ਤੁਸੀਂ ਪੰਗਤੀ ਦੇ ਨਾਲ ਤੁਲ ਕਰਤਾ। ਕੰਗਣਾ ਰਣੌਤ ਕੌਣ ਹੁੰਦੀ ਆ ਪੰਗਤੀ ਦੇ ਨਾਲ ਤੁਲ ਹੋਣ ਵਾਲੀ? ਤੁਸੀਂ ਕਾਹਦੇ ਵਾਸਤੇ ਕਰਨਾ ਸੀ ਏਦਾਂ ਉਹਨੂੰ? ਵੇਖੋ ਤੁਸੀਂ ਕਿੰਨੀ ਸੋਹਣੀ ਨੌਕਰੀ ਕਰਨ ਡਏ ਆ, ਤੁਸੀਂ ਆਪਣੀ ਨੌਕਰੀ ਸੋਹਣੀ ਕਰੋ, ਅਸੀਂ ਤੁਹਾਨੂੰ ਕੁਛ ਕਹਿਣ ਡਏ ਆ। ਤੁਸੀਂ ਉਸ ਇੱਕ ਬੇਵਕੂਫ ਔਰਤ ਜਿਹੜੀ ਸਿੱਖਾਂ ਤੇ ਵੱਧ ਘੱਟ ਬੋਲਦੀ ਆ ਮਸ਼ਹੂਰ ਹੋਣ ਦੀ ਖਾਤਰ, ਤੁਸੀਂ ਉਹਦੇ ਹੱਕ ਵਿੱਚ ਪੋਸਟ ਪਾ ਕੇ ਤੇ ਸਿੱਖਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਤਾ। ਉਹ ਸ਼ੋਭ ਨੇ ਗੱਲ ਸੱਚੀ ਕਹੀ ਆ ਕਿ ਜਿਹੜੀ ਨੈੱਟ ਉੱਤੇ ਰਹਿੰਦੀ ਨਿੱਤ ਭੌਂਕਦੀ, ਉਹ ਗੱਲ ਸਹੀ ਆ ਉਹਦੀ? ਮੈਂ ਵੀ ਕਹਿੰਦਾ, ਮੈਂ ਕਹਿ ਦਿੰਦਾ, ਲਓ ਮੈਂ ਕਹਿੰਦਾ, ਤੁਸੀਂ ਮੈਨੂੰ ਬੋਲ ਲਓ ਮਾੜਾ ਚੰਗਾ ਬੋਲ ਲਓ, ਮੈਂ ਕਹਿ ਦਿੰਦਾ ਵੀ ਨੈੱਟ ਤੇ ਮਾੜਾ ਚੰਗਾ ਬੋਲਦੀ। ਆਪਾਂ ਵੀਰ ਜੀ ਇੱਕ ਥਾਂ ਤੇ ਮਿਲੇ ਵੀ ਸੀ, ਤੁਸੀਂ ਮੈਨੂੰ ਜਾਣਦੇ ਹੋ। ਹਾਂ, ਤੁਸੀਂ ਜਾਣਦੇ ਨਾ, ਤੇ ਤੁਸੀਂ ਅਸੀਂ ਵੀ ਤੁਹਾਡਾ ਸਤਿਕਾਰ ਕਰਦੇ ਆ, ਪਰ ਆਪਾਂ ਭਰਾ ਆ ਭਰਾ ਜੀ। ਬਿਲਕੁਲ ਜੀ ਬਿਲਕੁਲ। ਤੇ ਮੈਂ ਹੁਣ ਇਹ ਗੱਲ ਕਰਨਾ ਕਿ ਤੁਸੀਂ ਮੈਨੂੰ ਇਹ ਗੱਲ ਦੱਸਣੀ ਆ, ਜੇ ਚਲੋ ਤੁਸੀਂ, ਮੈਂ ਹੁਣ ਤੁਹਾਨੂੰ ਇਹ ਪੁੱਛੀ ਪਰ ਤੁਸੀਂ ਜਵਾਬ ਨਹੀਂ ਦਿੱਤਾ, ਖਾਲਸੇ ਪੰਥ ਦੇ ਵਿੱਚ ਤੁਸੀਂ ਜਵਾਬ ਨਹੀਂ ਦਿੱਤਾ। ਚਲੋ ਕੋਈ ਨੀ, ਤੁਸੀਂ ਵੀਡੀਓ ਫਿਰ ਪਾ ਕੇ ਸੰਗਤ ਨੂੰ ਦੱਸੋ ਇਸ ਚੀਜ਼ ਦੇ ਬਾਰੇ, ਤੇ ਸੋਰੀ ਫੀਲ ਕਰੋ ਸੰਗਤ ਦੇ ਕੋਲੋਂ, ਨਹੀਂ ਤੇ 295 ਦਾ ਪਰਚਾ ਵੀਰ ਜੀ ਤੁਹਾਡੇ ਤੇ ਕਰਵਾਉਣਾ ਜੀ ਅਸੀਂ, ਫੇਰ ਨਾ ਕਿਉਂ, ਠੀਕ ਹੈ, ਖਾਲਸੇ ਪੰਥ ਦਾ ਹੁਕਮ ਜੇ, ਠੀਕ ਹੈ, ਠੀਕ ਆ ਜੀ, ਓਕੇ ਜੀ, ਓਕੇ, ਧੰਨਵਾਦ, ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਜੀ ਤੁਸੀਂ ਦੇਖ ਲਿਆ, ਇਸ ਵੀਰ ਨੂੰ ਮੈਂ ਪਹਿਲਾਂ ਫੋਨ ਲਾਇਆ ਤੇ ਕਹਿੰਦਾ ਮੈਂ 15 ਮਿੰਟ ਤੱਕ ਫੋਨ ਕਰਦਾ, ਤੇ ਮੈਂ ਫਿਰ ਇਧਰੋਂ ਲਾਈਵ ਚ ਲਾ ਦਿੱਤੀ, ਵਿੱਚ ਇਹਦਾ ਫੋਨ ਵੀਰ ਦਾ ਆ ਗਿਆ ਤੇ ਮੈਂ ਸੁਣ ਲਿਆ ਤੇ ਨਾਲ ਹੀ ਗੱਲਬਾਤ ਹੋ ਗਈ ਆ। ਜਿਹੜੇ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਇਹ ਪੰਜਾਬ ਪੁਲਿਸ ਵਾਲੇ ਨੇ ਵੀਡੀਓ ਵੀਰ ਨੇ ਪਾਈ ਸੀ, ਤੇ ਅੱਜ ਇਹ ਸਿੱਟਾ ਨਿਕਲਿਆ ਵੀ ਕਹਿੰਦਾ ਵੀ ਮੈਂ ਗਲਤੀ ਕਰ ਗਿਆ, ਤੇ ਮੈਂ ਸੰਗਤ ਨੂੰ ਲਾਈਵ ਵਿੱਚ ਪਾ ਕੇ ਤੇ ਮੈਂ ਮਾਫੀ ਮੰਗੂੰਗਾ, ਤੇ ਮਾਫੀ ਦੀ ਮੇਰੀ ਵੀਡੀਓ ਆ ਗਈ। ਮੈਂ ਆਖਿਆ ਵੀ ਸਿੱਖ ਪੰਥ ਦੇ ਕੋਲੋਂ ਮਾਫੀ ਮੰਗ, ਤੂੰ ਇੱਕ ਬੇਵਕੂਫ ਔਰਤ ਜਿਹੜੀ ਇੱਕ ਨਚਾਰ ਬੰਬੇ ਦੀ, ਉਹਦੇ ਨਾਲ ਤੂੰ ਮਹਾਰਾਜ ਦੀ ਤੁਕ ਜਿਹੜੀ ਆ ਉਹ ਤੂੰ ਮਿਲਾ ਕੇ ਤੇ ਉਹ ਬੜਾ ਵਧੀਆ ਕੰਮ ਕਰਨ ਡਿਆ, ਹੱਦ ਹੋ ਗਈ ਯਾਰ। ਹੁਣ ਆਉਂਦਾ ਮੈਂ ਮਾਫੀ ਮੰਗਦਾ, ਮੈਂ ਕਿਹਾ ਚਲੋ ਠੀਕ ਆ, ਨਹੀਂ ਤਾਂ 295A ਦਾ ਪਰਚਾ ਕਰਾਉਣਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਭਾਈ ਤੂੰ, ਠੀਕ ਆ ਜੀ। ਤੇ ਇਹ ਲਾਈਵ ਨੂੰ ਸਾਰੇ ਵੀਰ ਸ਼ੇਅਰ ਜ਼ਰੂਰ ਕਰਕੇ ਸੰਗਤ ਤੱਕ ਪਹੁੰਚਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।